ਸਤਿ ਸ਼੍ਰੀ ਅਕਾਲ ਕਲਿਆਣ ਟੀ ਵੀ ਪੰਜਾਬ ਵੇਖ ਰਹੇ ਤੁਸੀਂ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਜਿੱਥੇ ਬਠਿੰਡਾ ਦੇ ਵਿੱਚ ਸਿਵਲ ਸਰਜਨ ਦੇ ਵੱਲੋਂ ਖਾਸ ਉਪਰਾਲੇ ਕੀਤੇ ਜਾ ਰਹੇ ਹਨ। ਦਰਅਸਲ ਸਿਵਲ ਸਰਜਨ ਬਠਿੰਡਾ ਦੀ ਅਗਵਾਈ ਦੇ ਵਿੱਚ ਅਤੇ ਜਵੰਤ ਸਿੰਘ ਢਿੱਲੋਂ ਜਿਹੜੇ ਕਿ ਸਿਵਲ ਸਰਜਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਜਿਹੜੇ ਨੌਜਵਾਨ ਨੇ ਜੋ ਕਿ ਨਸ਼ੇ ਦੇ ਆਦੀ ਨੇ ਉਹਨਾਂ ਨੂੰ ਨਸ਼ਾ ਛੱਡਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਅਤੇ ਨਸ਼ਾ ਛੁਡਵਾਇਆ ਵੀ ਜਾ ਰਿਹਾ। ਇਸ ਬਾਬਤ ਉਹਨਾਂ ਜਿਹੜੀ ਮੀਡੀਆ ਨੂੰ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਰੀਹੈਬ ਸੈਂਟਰਸ ਨੇ ਜਿੱਥੇ ਨੌਜਵਾਨ ਪਹੁੰਚ ਕੇ ਨਸ਼ਾ ਛੱਡ ਸਕਦੇ ਨੇ, ਇਹਨਾਂ ਰੀਹੈਬ ਸੈਂਟਰਸ ਦੇ ਵਿੱਚ ਨੌਜਵਾਨਾਂ ਨੂੰ ਨਸ਼ਾ ਛੱਡਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਹਿਯੋਗ ਦਿੱਤਾ ਜਾ ਰਿਹਾ ਅਤੇ ਉੱਥੇ ਉਹਨਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਵੀ ਪ੍ਰੇਰਿਤ ਕੀਤਾ। ਦੇਖੋ ਸਾਡਾ ਸੈਂਟਰ ਆਲਮੋਸਟ ਪੰਜਾਬ 'ਚ ਇੱਕ ਨੰਬਰ 'ਤੇ ਚੱਲ ਰਿਹਾ ਇਹ। ਲੋਕਾਂ ਦੀ ਜਿਹੜਾ ਅੱਜ ਸੁਨੇਹਾ ਸੀ ਪਹੁੰਚਾਉਣਾ ਚਾਹੁੰਦਾ ਮੀਡੀਆ ਜ਼ਰੀਏ 'ਤੇ ਵੀ ਇੱਕ ਤਰ੍ਹਾਂ ਦਾ ਇੱਕ ਰੋਗ ਹੈ ਜਿਹੜਾ ਕਿ ਆਪਾਂ ਕਹਿੰਦੇ ਕਿਸੇ ਨੂੰ ਨਸ਼ੇ ਦਾ ਆਦੀ ਹੋ ਜਾਂਦਾ, ਉਹਨਾਂ ਨੂੰ ਤਿੰਨ ਚਾਰ ਫੈਕਟਰ ਕੰਮ ਕਰਦੇ ਆ। ਉਹਦੀ ਜੋ ਵੀ ਅਸੀਂ ਸਾਈਕੋਲੋਜੀਕਲ ਵੈਲੂਏਸ਼ਨ ਕਰਕੇ ਉਹਨੂੰ ਜੋ ਅਸੀਂ ਉਹਦੀ ਫੈਮਿਲੀ ਨੂੰ ਉਹਨਾਂ ਦੇ ਆਸੇ ਪਾਸੇ ਦੋਸਤਾਂ ਨੂੰ ਉਹਨਾਂ ਨੂੰ ਕਨਵਿੰਸ ਕਰੀਏ ਪਲੱਸ ਉਸ ਨੂੰ ਕਨਵਿੰਸ ਕਰੀਏ ਪਲੱਸ ਅਸੀਂ ਇੱਥੇ ਉਹਨਾਂ ਨੂੰ ਟ੍ਰੀਟ ਕਰੀਏ, ਟ੍ਰੀਟ ਕਰਕੇ ਉਦੋਂ ਰੀਹੈਬ ਕਰਾਈਏ, ਰੀਹੈਬ ਤੋਂ ਬਾਅਦ ਦਵਾਈ ਉਹ ਬਿਲਕੁਲ ਛੱਡੇ ਅਤੇ ਆਪਦੇ ਨਾਲ ਦੇ ਸਾਥੀਆਂ ਨੂੰ ਇੱਕ ਐਗਜ਼ਾਮਪਲ ਬਣੇ ਕਿ ਹੋਰ ਲੋਕਾਂ ਨੂੰ ਵੀ ਆ ਕੇ ਉਹ ਆਪਦਾ ਨਸ਼ਾ ਛੱਡਣ ਵਾਸਤੇ ਪ੍ਰੇਰਿਤ ਕਰ ਸਕਣ। ਸੋ ਸਾਡਾ ਮੇਨ ਗੋਲ ਇਹ ਆ ਵੀ ਤਿੰਨ ਚਾਰ ਡਿਪਾਰਟਮੈਂਟ ਜਿਵੇਂ ਇਸ 'ਚ ਅਸੀਂ ਹੈਲਥ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, ਤਸਕਰੀ ਵਗੈਰਾ ਨੂੰ ਪੜ੍ਹਨ 'ਚ ਕੋਸ਼ਿਸ਼ ਕਰ ਰਿਹਾ, ਐਜੂਕੇਸ਼ਨ ਵੀ ਸਾਨੂੰ ਕੋਆਪਰੇਟ ਕਰ ਰਿਹਾ ਇਸ 'ਚ। ਸੋ ਇਹ ਵੱਖ ਵੱਖ ਮਹਿਕਮੇ ਜਿਸ ਤਰ੍ਹਾਂ ਦੀ ਕੋਈ ਦੂਸਰੀ ਐਕਟੀਵਿਟੀਜ਼ ਰੀਹੈਬ 'ਚ ਦੂਜੇ ਦੇ ਆਪਣੀ DC ਸਾਹਿਬ ਦੀ ਸਹਾਇਤਾ ਨਾਲ ਅਸੀਂ ਕੋਈ ਉੱਥੇ ਐਕਟੀਵਿਟੀ ਕਰਾਉਂਦੇ ਹਾਂ, ਸੋ ਉਸ 'ਚ ਵੀ ਹੈਲਪ ਕਰ ਰਹੇ ਨੇ ਤਾਂ ਕਿ ਸਾਰੇ ਰੀਹੈਬਿਲੇਟ ਕਰ ਸਕਣ। ਕਿਉਂਕਿ ਨਸ਼ਾ ਛੱਡਣ ਕੇ ਇੱਕ ਤਰ੍ਹਾਂ ਨੂੰ ਬਿਮਾਰੀ ਮੰਨ ਕੇ ਉਹਨੂੰ ਇੱਕ ਸਾਰਾ ਰੋਗ ਦੀ ਤਰ੍ਹਾਂ ਉਹਦੀ ਸਾਰੀ ਪ੍ਰੋਬਲਮ ਸਮਝ ਜਾਵੇ। ਸੋ ਇਸ ਦਾ ਸਾਰਾ ਅੱਜ ਮੈਸੇਜ ਅਸੀਂ ਦੇਣਾ ਚਾਹੁੰਦੇ ਤੁਹਾਡੇ ਜ਼ਰੀਏ ਵੀ ਆਪਦੇ ਜਿੰਨੇ ਵੀ ਕੋਈ ਹੈ ਤਾਂ ਆਪਦਾ ਲਾ ਕੇ ਇਲਾਜ ਕਰਨ। ਕੋਈ ਇਸ ਦਾ ਮੁਫਤ ਇਲਾਜ ਹੈ, ਮੁਫਤ ਇੱਥੇ ਜੋ ਵੀ ਹੈ ਖਾਣ ਪੀਣ ਨੂੰ ਵੀ ਜੋ ਵੀ ਹੈ ਮੁਫਤ ਹੈ। ਸੋ ਸਾਨੂੰ ਇਹ ਵੀ ਜਿੰਨਾ ਵੀ ਯੂਥ ਗਲਤ ਕਿਸੇ ਵੀ ਕਰਕੇ ਇਸ ਬਿਮਾਰੀ ਦਾ ਸ਼ਿਕਾਰ ਹੋ ਗਿਆ ਉਸ ਤੋਂ ਰਹਿਤ ਹੋ। ਹਾਂ ਇਹ ਕਸਮ ਕੀ ਹੈ ਵੀ ਇਹ ਵੀ ਜੋ ਵੀ ਬੰਦੇ ਇੱਥੋਂ ਜਾ ਕੇ ਹੌਲੀ ਹੌਲੀ ਦਵਾਈਆਂ ਤੋਂ ਆਫ ਹੋਣਗੇ ਅਤੇ ਪਲੱਸ ਇਹ ਕਿਸੇ ਦੇ ਇਹਨਾਂ ਦੇ ਕੋਈ ਕੰਟੈਕਟ 'ਚ ਬੰਦਾ ਹੈ ਉਹਨਾਂ ਨੂੰ ਵੀ ਦੱਸਣ ਵੀ ਇੱਥੇ ਜਾ ਕੇ ਬੜਾ ਮੁਫਤ ਬੜਾ ਵਧੀਆ ਇਲਾਜ ਹੈ। ਇਹ ਸੈਂਟਰ ਤੁਸੀਂ ਦੇਖੋਗੇ ਬੜਾ ਆਲਮੋਸਟ ਸਾਡੇ 47-48 ਪੇਸ਼ੈਂਟ ਆਉਂਦੇ ਨੇ, 50 ਦੀ ਕਪੈਸਿਟੀ ਹੈ ਦਾਖਲ ਰਹਿੰਦੇ ਨੇ। ਉਵੇਂ ਸਾਡੇ ਰੀਹੈਬ 'ਚ ਵੀ ਆਲਮੋਸਟ 40-45 ਪੇਸ਼ੈਂਟ ਹਰ ਵੇਲੇ ਦਾਖਲ ਰਹਿੰਦੇ ਨੇ। ਸਰ ਜੀ ਸਾਨੂੰ ਪਤਾ ਕਿ ਆਪਣਾ 50 ਬੈੱਡ ਦਾ ਮੋਰਲ ਡਿਡਿਕਸ਼ਨ ਸੈਂਟਰ ਹੈ, ਅੱਜ ਇੱਥੇ 47 ਮਰੀਜ਼ ਦਾਖਲ ਹੈ ਅਤੇ ਯੂਜਲੀ ਆਪਣਾ ਇੱਥੇ ਜਿਹੜੇ ਬੈੱਡ ਹੈ ਹਮੇਸ਼ਾ ਫੁੱਲੀ ਰਹਿੰਦੇ ਨੇ ਅਤੇ ਛੱਡ ਕੇ ਮੇਰਾ ਮਤਲਬ ਜੀ ਆਪਾਂ ਠੀਕ ਹੈ ਹਰ ਸਾਲ 26 ਜੂਨ ਨੂੰ ਇੱਕ ਨਸ਼ਾ ਦੀ ਦੁਰਵਰਤੋਂ ਅਤੇ ਨਸ਼ੇ ਦੀ ਜਿਹੜੀ ਇਲੀਗਲ ਤਸਕਰੀ ਵਿਰੁੱਧ ਇੱਕ ਦਿਵਸ ਬਣਾਉਂਦੇ ਹਾਂ, ਪਰ ਇਹ ਦਿਵਸ ਠੀਕ ਹੈ ਬਣਾਉਣਾ ਚਾਹੀਦਾ, ਸਾਰੇ ਬਣਾ ਰਹੇ ਆ, ਪੁਲਿਸ ਡਿਪਾਰਟਮੈਂਟ ਬਣਾ ਰਿਹਾ, ਹੈਲਥ ਡਿਪਾਰਟਮੈਂਟ ਬਣਾ ਰਿਹਾ। ਅਸੀਂ ਲੋਕਾਂ ਨੂੰ ਅੱਜ ਇਹੀ ਪ੍ਰੇਰਿਤ ਕਰ ਰਹੇ ਹਾਂ ਕਿ ਇਹ ਇੱਕ ਦਿਨ ਨਾਲ ਦਿਵਸ ਬਣਾਉਣ ਨਾਲ ਨਹੀਂ ਫਰਕ ਪੈਂਦਾ, ਇਹ ਆਪਾਂ ਨੂੰ ਰੋਜ਼ ਹੀ ਜਿਹੜੇ ਦਿਵਸ ਹੈ ਰੋਜ਼ ਹੀ ਬਣਾਉਣੇ ਚਾਹੀਦੇ ਆ। ਇਹ ਜਿਹੜੇ ਲੋਕਾਂ ਨੂੰ ਅਸੀਂ ਇਹੀ ਪ੍ਰੇਰਿਤ ਕੀਤਾ ਅੱਜ ਕਿ ਜਿਹੜਾ ਨਸ਼ਾ ਤੁਸੀਂ ਇੱਥੋਂ ਛੱਡ ਕੇ ਜਾਓਗੇ ਇਹ ਨਾਲ ਜਿਹੜਾ ਇਸ ਵਾਰ ਦਾ ਥੀਮ ਹੈ ਵੀ ਆਪਾਂ ਪ੍ਰਵੈਂਸ਼ਨ 'ਚ ਨਿਵੇਸ਼ ਕਰੀਏ, ਤੁਸੀਂ ਗਾਂਹ ਜਾ ਕੇ ਲੋਕ ਹੈ ਉਹਨਾਂ ਨੂੰ ਬਚਾਓ, ਜਿਹੜੇ ਗਾਂਹ ਜਿਹੜੇ ਤੁਹਾਡੇ ਗਾਂਹ ਪੀੜ੍ਹੀਆਂ ਗਾਂਹ ਜਿਹੜੇ ਹੋਰ ਬੱਚੇ ਆਪਦੇ ਆਂਢ ਗੁਆਂਢ ਹੈ ਉਹਨਾਂ ਨੂੰ ਇਸ ਚੀਜ਼ ਤੋਂ ਬਚਾਓ, ਉਹਨਾਂ ਨੂੰ ਲਿਆਓ ਇੱਥੇ, ਉਹਨਾਂ ਦਾ ਇਲਾਜ ਕਰਾਓ ਜਿਹੜੇ ਗਲਤ ਸੰਗਤ 'ਚ ਪੈ ਗਏ, ਜਿਹੜੇ ਸਕੂਲੀ ਬੱਚੇ ਹੈ ਆਪਾਂ ਨੂੰ ਉਹਨਾਂ 'ਚ ਹੁਣ ਨਿਵੇਸ਼ ਕਰਨਾ ਚਾਹੀਦਾ, ਜਿਹੜੀ ਪ੍ਰਵੈਂਸ਼ਨ ਹੈ ਉਹੀ ਇੱਕ ਬੈਟਰ ਕਿਓਰ ਹੈ। ਕਿਉਂਕਿ ਜਿਹੜਾ ਹੁਣ ਆਉਣ ਵਾਲੀ ਪੀੜ੍ਹੀ ਹੈ, ਸਮਾਜ ਹੈ, ਬੱਚੇ ਹੈ, ਯੂਥ ਹੈ, ਜਿਹੜੀ ਬੇਸਿਕਲੀ ਅਡੋਲੀਸੈਂਟ ਏਜ ਹੁੰਦੀ ਹੈ ਜਿਹਦੇ ਵਿੱਚ ਬੱਚਾ ਇਸ ਕੁਰੀਤੀ 'ਚ ਫਸਦਾ,
ਅਤੇ ਬੇਸਿਕਲੀ ਆਪਾਂ ਨੂੰ ਜ਼ੋਰ ਦੇਣਾ ਚਾਹੀਦਾ, ਇੱਕ ਸਕੂਲੀ ਬੱਚਿਆਂ 'ਤੇ ਜ਼ੋਰ ਦੇਣਾ ਚਾਹੀਦਾ ਜਿਨ੍ਹਾਂ ਨੂੰ ਆਪਾਂ ਇਸ ਸਮੇਂ ਇਸ ਕੁਰੀਤੀ 'ਚ ਫਸਣ ਤੋਂ ਬਚਾ ਸਕਦੇ ਹਾਂ। ਅਤੇ ਸਾਡਾ ਇਹੀ ਫੋਕਸ ਹੈ ਕਿ ਜਿਹੜੇ ਹੋਰ ਬੱਚੇ ਆ, ਜਿਹੜੀ ਹੋਰ ਆਪਣੀ ਪੰਜਾਬ ਦੀ ਜਨਰੇਸ਼ਨ ਆਉਣ ਵਾਲੀ, ਉਹਨੂੰ ਆਪਾਂ ਬਚਾ ਸਕੀਏ। ਜਿਹੜੇ ਇੱਥੇ ਸਾਡੇ ਕੋਲ ਆਉਂਦੇ ਇਲਾਜ ਲਈ, ਉਹਨਾਂ ਦਾ ਦੇਖੋ ਫਰੀ ਇਲਾਜ ਹੁੰਦਾ, ਕੌਂਸਲਿੰਗ ਹੁੰਦੀ ਹੈ। ਅਤੇ ਅਸੀਂ ਬੇਸਿਕਲੀ ਜਿਹੜੇ ਵਾਰ ਵਾਰ ਮਰੀਜ਼ ਆਉਂਦੇ ਆ, ਉਹਨਾਂ ਨੂੰ ਕਿਤੇ ਨਾ ਕਿਤੇ ਫੈਮਿਲੀ ਸਪੋਰਟ ਦੀ ਲੋੜ ਹੁੰਦੀ ਹੈ। ਅਸੀਂ ਫੈਮਿਲੀ ਦੀ ਕੌਂਸਲਿੰਗ ਵੀ ਕਰਦੇ ਹਾਂ, ਕਿਉਂਕਿ ਜਿਹੜੇ ਮਰੀਜ਼ ਆਉਂਦੇ ਆ, ਅਸੀਂ ਇਹ ਮੰਨਦੇ ਹਾਂ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਫੈਮਿਲੀ ਅਤੇ ਸੋਸ਼ਲ ਸਪੋਰਟ ਦੀ ਕਮੀ ਹੁੰਦੀ ਹੈ। ਦੇਖੋ ਗੌਰਮੈਂਟ ਵੱਲੋਂ ਕੋਈ ਕਮੀ ਨਹੀਂ ਹੈ, ਹੈਲਥ ਡਿਪਾਰਟਮੈਂਟ ਵੱਲੋਂ ਕੋਈ ਕਮੀ ਨਹੀਂ ਹੈ, ਪਰ ਫੈਮਿਲੀ ਅਤੇ ਸੋਸ਼ਲ ਸਪੋਰਟ ਦੀ ਕਮੀ ਹੁੰਦੀ ਹੈ। ਉੱਥੇ ਸਾਨੂੰ ਫੋਕਸ ਕਰਨ ਦੀ ਲੋੜ ਹੈ ਕਿ ਉਹਨਾਂ ਦੀ ਫੈਮਿਲੀ ਦੀ ਕੌਂਸਲਿੰਗ ਤਾਂ ਕੀਤੀ ਜਾਵੇ ਵਾਰ ਵਾਰ, ਅਤੇ ਕਿ ਉਹ ਵਾਰ ਵਾਰ ਇਸ ਚੀਜ਼ ਤੋਂ ਨਾ ਲੱਗਣ।